pa inyan dar no. ਟੋਏ ਤੰਗ ਰਹਿੰਦੀ ਤੇਰੇ ਦਰਸ਼ਨਾਂ ਦੀ, ਕਿਤੇ ਮਿਲਣੇ ਦਾ ਕੌਲ ਕਰਾਰ ਵੀ ਦੇ, ਜੇਕਰ ਆਖਦੇ ਨੇ ਬਖਸ਼ਣ ਹਾਰ ਤੈਨੂੰ, ਔਗਣ ਪਿਛਲੇ ਦਿਲੋਂ ਬਸਾਰ ਵੀ ਦੇ। ਇਹਨਾਂ ਝਲਕੀਆਂ ਨਾਲ ਨਹੀਂ ਸਬਰ ਆਉਂਦਾ, ਸਨਮੁਖ ਬੈਠ ਕੇ ਹੁਣੇ ਦਦਾਰ ਵੀ ਦੇ। ਇੰਤਜ਼ਾਰਵੇਂ ਉਮਰ ਬਤੀਤ ਹੋ ਗਈ, ਦਰਬਾਰ ਸਿੰਘਾ ਜਲਵਾ ਇੱਕ ਵਾਰ ਵੀ ਦੇ, ਦਰਬਾਰ ਸਿੰਘਾ ਜਲਵਾ ਇੱਕ ਵਾਰ ਵੀ ਦੇ। ਹਾਂ, ਉਦੋਂ ਆਨੰਦ ਲੈਂਦੇ ਰਹੇ ਬਹੁਤ ਦੀ ਕਿਰਪਾ। ਬਸ ਆਪਾਂ ਥੋੜੇ ਜਿਹੇ ਹੋਰ ਚੱਲਦੇ ਆ ਬੈਕ, ਜਦੋਂ 12-15 ਸਾਲ ਦੀ ਉਮਰ ਸੀਗੀ ਤੁਹਾਡੀ। ਹਾਂ, ਕਿਉਂਕਿ ਤੁਹਾਡੇ ਨਾਲ ਮੁਲਾਕਾਤ ਕਰਨ ਦਾ ਜਾਂ ਹਨਾ ਆਪਣਾ ਅੱਜ ਮੇਲ ਮਿਲਾਪ ਹੋਇਆ ਵਾ। ਹਾਂ, ਚਲੋ ਸੰਗਤ ਨੂੰ ਜਾਂ ਦਰਸ਼ਕਾਂ ਨੂੰ ਤਾਂ ਹੁੰਦਾ ਹੀ ਆ, ਸਾਨੂੰ ਵੀ ਹੁੰਦੀ ਆ ਇਹ ਚੀਜ਼ ਵੀ ਅੱਜ ਤੋਂ 50-60 ਸਾਲ ਬੈਕ ਪਿੱਛੇ ਨੂੰ ਜਾਂਦੇ ਆ ਤੇ ਉਹਨਾਂ ਸਮਿਆਂ ਦੇ ਵਿੱਚ ਕਿਵੇਂ ਲੋਕ ਇਕੱਠੇ ਬੈਠ ਕੇ 2-2-4-4 ਘੰਟੇ ਕਵਿਸ਼ਰੀ। ਅੱਜ ਥੋੜਾ ਜਿਹਾ ਚਲੋ ਹੈ ਤਾਂ ਕਿਰਪਾ ਮਹਾਰਾਜ ਦੀ ਬਹੁਤ ਆ, ਜਿਵੇਂ ਆਪਣੇ ਕਵਿਸ਼ਰੀ ਦਾ ਤੁਹਾਨੂੰ ਪਤਾ ਹੀ ਆ ਵੀ ਕੌਮ ਵੀ ਆ, ਇਹ ਲਾ ਲਓ ਤੁਸੀਂ ਇੱਥੋਂ ਕਵਿਸ਼ਰੀ ਹੈ ਨਾ ਉਪਜਦੀ ਆ, ਹੋਰ ਵੀ ਆਪਣੇ ਜਿੱਥੇ ਜਿੱਥੇ ਕੋਈ ਕਵਿਸ਼ਰ ਕੋਈ ਰਾਗੀ ਢਾਡੀ ਹਨਾ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ ਰਾਗੀਆਂ ਤੇ, 6ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਢਾਡੀਆਂ ਤੇ, 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਥੋਡੇ ਤੇ, ਕਵਿਸ਼ਰੀ ਤੇ ਹਨਾ। ਉਦੋਂ ਮਗਰੋਂ ਚਲੋ ਜਿਨ੍ਹਾਂ ਮਹਾਂਪੁਰਖਾਂ ਨੇ ਇਹ ਕਵਿਸ਼ਰੀ ਨੂੰ ਚਾਰ ਚੰਨ ਲਾਏ ਉਵੇਂ ਜਿਉਂ ਦੀ ਤਿਉਂ ਰੱਖੀ, ਇੱਥੇ ਆਪਣੇ ਵੀ ਕੁੰਭ ਚੱਲਦਾ ਰਿਹਾ ਕਵਿਸ਼ਰੀ ਦਾ। ਇਹ ਉਹਨਾਂ ਸਮਿਆਂ ਦੇ ਵਿੱਚ ਜਦੋਂ ਇੱਥੇ ਸਾਰਿਆਂ ਤੋਂ ਪਹਿਲਾਂ ਜਿਵੇਂ ਇਕਬਾਲ ਜੀ ਦੇ ਹੁਣੀ ਆਉਂਦੇ ਹੁੰਦੇ ਸੀਗੇ, ਉਦੋਂ ਫਿਰ ਕਿਹੋ ਜਿਹਾ ਮਾਹੌਲ ਹੁੰਦਾ ਸੀ, ਕਿੰਨੇ ਕਿੰਨੇ ਘੰਟੇ ਲੋਕ ਬੈਠ ਕੇ ਆਨੰਦ ਮਾਣਦੇ ਰਹਿੰਦੇ, ਕਿਉਂਕਿ ਸਾਡੇ ਬਜ਼ੁਰਗ ਵੀ ਦੱਸਦੇ ਰਹੇ ਆ। ਮੈਂ ਨਾ ਪੱਠੇ ਪਾਉਣ ਦਾ ਫਿਕਰ ਨੀ ਸੀ ਤੁਹਾਡੇ ਪਿੱਛੇ ਧਰਨਾ ਚੋਣ ਦਾ, ਆਪੇ ਚੋ ਕੇ ਦੇਰੇ ਆ ਜਾਂਦਾ ਸਾਰਾ ਕੁਛ, ਚੋ ਲਿਆਉਂਦੇ ਦੂਜੇ ਘਰ ਦੇ, ਸਾਰਿਆਂ ਨੂੰ ਸੁਣਨਾ, ਸਾਰਿਆਂ ਨੂੰ ਸੁਣਨਾ ਉਹਨਾਂ ਨੇ। ਜਾਣੀ ਇੰਨਾ ਲੋਕ ਕੰਮ ਵੀ ਬਹੁਤ ਕਰਦੇ ਸੀ, ਇਹ ਨੀ ਗੱਲ ਕੋਈ। ਜਦੋਂ ਦੀਵਾਨ ਚੱਲ ਪੈਣਾ, ਕਿਰਪਾ ਹੀ ਇਹੋ ਜਿਹੀ ਸੀ ਸਵਾਮੀ ਮਹਾਰਾਜ ਦੀ। ਬਸ ਫਿਰ ਉਦੋਂ ਬਾਅਦ ਕਥਾ ਕਰਨੀ ਹੁੰਦੀ ਸੀ ਨਾ ਮਹਾਰਾਜ ਨੇ, ਉਦੋਂ ਬਾਅਦ ਕਥਾ ਕਰਨੀ ਹੁੰਦੀ ਸੀ, ਫਿਰ ਕਥਾ ਵੀ ਸੁਣਨੀ ਜ਼ਰੂਰੀ ਹੈ। ਜਾਣੀ ਕਮਿਸ਼ਨਰਾਂ ਨੇ ਜਾਣੀ ਟਾਈਮ, ਹੁਣ ਤਾਂ ਟਾਈਮ ਹੀ ਬਹੁਤ ਥੋੜੇ ਆ ਜੀ, ਹੁਣ ਟਾਈਮ ਘੱਟ ਆ, 20 ਮਿੰਟ ਮਸਾਂ 25-25 ਹਾਂ ਇੱਥੇ ਵੀ ਨਹੀਂ ਯਾਰ ਇੱਥੇ, ਹਾਂ 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 ਠੀਕ ਹੈ। ਤੇ ਨਹੀਂ ਜਦੋਂ ਲੈ ਕੇ ਜਾਂਦੇ ਸਾਈਜ਼ ਕਰਕੇ ਲੋਟੇ ਵੀ 2-2.5 ਘੰਟੇ, ਇਹ ਨਹੀਂ ਗੱਲ। ਹਾਂ ਜਿਵੇਂ ਹੁਣ ਚਲੋ ਉਹਦਾ ਪ੍ਰੋਗਰਾਮ ਹੋ ਗਿਆ, ਨਗਰ ਕੀਰਤਨ ਹੋ ਗਿਆ, ਉਦੋਂ ਸਾਰਾ ਦਿਨ ਤੁਸੀਂ ਹੀ ਚੱਲਣਾ ਵਾ ਬਸ ਹਨਾ, ਕਿਤੇ ਕੋਈ ਖੰਡ ਪਾਠ ਆ ਉੱਥੇ 2 ਘੰਟੇ ਖੁੱਲਾ ਟਾਈਮ, ਖੁੱਲਾ ਟਾਈਮ ਹਾਂ, ਫਿਰ ਆਪਣੇ ਮਨ ਦੀ ਗੱਲ ਕਰ ਲੈਣਾ ਤੇ ਖੁੱਲ ਕੇ। ਹਾਂ ਇੱਥੇ ਵੀ ਉਹਨਾਂ ਸਮਿਆਂ ਦੇ ਵਿੱਚ ਤਾਂ ਖੁੱਲਾ ਟਾਈਮ ਮਿਲਦਾ ਹੁੰਦਾ ਸੀਗਾ। ਹਾਂਜੀ ਹਾਂ ਹਾਂ ਹਾਂ, ਕਿੰਨੇ ਕਿੰਨੇ ਘੰਟੇ ਉਦੋਂ ਕਮਿਸ਼ਨ ਘੱਟ ਆਉਂਦੇ ਸੀ ਇੱਥੇ, ਮਗਰੋਂ ਵਾਲੇ ਚੱਲੇ ਆ। ਅੱਛਾ, ਉਦੋਂ ਕਮਿਸ਼ਨ ਘੱਟ ਆਉਂਦੇ, ਗਿਣਤੀ ਦੇ ਕਮਿਸ਼ਨ ਸੀ, ਪੰਡਿਤ ਨਿਗਰਾਜ ਜੀ ਭੋਡੀਪੁਰ ਵਾਲੇ, ਜੀਦੇ ਵਾਲੇ ਠੀਕ ਹੈ ਜੀ, ਅਕਬਾਲ ਸਿੰਘ ਤੇ ਮਗਰੋਂ ਬਰਾੜ ਜੀ ਆਏ ਠੀਕ ਹੈ, ਤੇ ਫਿਰ ਰਾਤ ਲਾਉਣੀ ਆਏ ਬਸ ਜੀ, ਜਗਿੰਦਰ ਸਿੰਘ ਨੂੰ ਬਾਅਦ ਚੱਲੇ, ਉਹਨੂੰ ਇਹ ਬਾਅਦ ਵਿੱਚ ਚੱਲੇ, ਇਹਨਾਂ ਨੂੰ ਜਾਣੀ ਵੇਖ ਕੇ ਫਿਰ ਇਹਨਾਂ ਨੇ ਤਾਂ ਮੋੜੇ ਲਵਾਤੇ ਨਾ, ਫਿਰ ਕੋਈ ਘੱਟ ਨੀ ਕਿਸੇ ਪੱਖੋਂ ਰਹੇ, ਕਮਾਲ ਹੀ ਕਰਤੀ, ਹੱਥ ਹੀ ਬਹੁਤ ਮਹਾਰਾਜ ਦਾ ਰਿਹਾ ਸੱਚੀ। ਹਾਂ ਕਵਿਸ਼ਰੀ ਵਾਲੇ ਤਾਂ ਜਾਣੀ ਦੀ ਜੰਨਿਆਂ ਤੇ ਵੀ ਇੱਥੋਂ ਆਸ਼ੀਰਵਾਦ ਮਿਲੇ ਆ, ਉਹਨਾਂ ਦਾ ਧੂੰ ਤਾਰੇ ਵਾਂਗੂ ਅੱਜ ਵੀ ਚਮਕਦੇ ਆ। ਹਾਂ ਕਵਾਲ ਜੀਦੇ ਵਾਲੇ ਦਾ ਅੱਜ ਵੀ ਨਾਂ, ਨਾਲੇ ਕਿੰਨੇ ਸਾਲ ਹੋ ਗਏ, ਹੁਣ ਵੀ ਆਪਾਂ ਸਰਚ ਕਰਦੇ ਆ ਯੂਟਿਊਬ ਤੇ, ਹਾਂਜੀ ਬਹੁਤ ਕਵਿਸ਼ਰੀਆਂ ਮਿਲ ਜਾਂਦੀਆਂ ਉਹਨਾਂ ਮਿਲਦੀਆਂ ਜੀ। ਹਾਂ
ਯਾਨੀ ਦੀ ਉਹਨਾਂ ਉਹਨਾਂ ਸਮਿਆਂ ਦੇ ਵਿੱਚ ਪੂਰਾ ਤੁਸੀਂ ਆਨੰਦ ਲੈਂਦੇ ਰਹੇ ਸੁਣ ਆਨੰਦ ਲੈਂਦੇ ਰਹੇ ਉਹਨਾਂ ਟਾਈਮ ਹੈ ਕਹਿੰਦੇ ਬਜ਼ੁਰਗ ਗੰਨੇ ਗੁੰਨੇ ਲੈ ਕੇ ਮਗਰ ਬੈਠ ਜਾਂਦੇ ਸੀ ਬਸ ਕਹਿੰਦੇ ਜਦੋਂ ਅਖਬਾਲ ਨੇ ਲੱਗਣਾ ਤੇ ਉਦੋਂ ਕਹਿੰਦੇ ਅਖੇ ਆ ਕੇ ਬੈਠ ਜਾਣਾ ਤੇ ਦੋ ਦੋ ਚਾਰ ਚਾਰ ਘੰਟੇ ਸੁਬਾਹ ਹੋ ਜਾਂਦੀ ਸੀ ਹਾਂਜੀ ਹਾਂ ਗ੍ਰੰਥੀ ਬੜੇ ਆਨੰਦ ਵਾਲੇ ਸਮੇਂ ਸੀ ਗ੍ਰੰਥੀ ਲੱਗਦੇ ਸੀ ਕੋਈ ਰੁੱਤ ਹੋਵੇ ਮੰਨਦੇ ਨੀ ਸੀ ਮਾਂ ਦੇ ਪੁੱਤ ਨੇ ਪੂਰੇ ਲੈ ਕੇ ਬਹਿਣੇ ਉੱਤੇ ਕੋਈ ਗੱਲ ਹੀ ਨੀ ਸੀ ਇਹ ਸੰਬੰਧੀਆਂ ਦੇਵਤਿਆਂ ਵਾਂਗ ਸੰਬੰਧੀਆਂ ਲੈ ਲੈਣਗੀਆਂ ਤੇ ਉਹਨਾਂ ਨੇ ਗਾਈ ਜਾਣਾ ਗਾਈ ਗਾਉਣਾ ਵੀ ਆਏ ਬਸ ਬਈ ਊਂ ਛੱਡੀ ਜਾਣੀ ਐਮੂਰ ਨਕਸ਼ੇ ਬੰਨ ਦਿੰਦੇ ਸੀ ਕੋਈ ਝਲਕ ਹੈਗੀ ਆ ਕੋਈ ਤੁਸੀਂ ਮਾੜਾ ਜਿਹਾ ਅਕਵਾਲ ਦਾ ਕੋਈ ਲੱਗੇ ਮੈਨੂੰ ਵੀ ਬਈ ਅਕਵਾਲ ਦਾ ਮੈਂ ਕੋਈ ਸ਼ਬਦ ਹੀ ਨੀ ਮਤਲਬ ਉਹਨਾਂ ਤੋਂ ਲਿਆ ਬਿਲਕੁਲ ਵੀ ਇਹਨੇ ਕਹਿ ਕੇ ਬਸ ਇਹਨੇ ਸੁਣਿਆ ਹੀ ਆ ਸੁਣਿਆ ਹੀ ਆ ਅਕਵਾਲ ਦਾ ਮਹਾਭਾਰਤ ਸੁਣਦੇ ਰਹੇ ਉਹਨਾਂ ਦੀ ਤੇ ਰਮਾਇਣ ਸੁਣਦੇ ਰਹੇ ਆ ਯਾਨੀ ਇਹ ਉਹਨਾਂ ਦੇ ਪ੍ਰਸੰਗ ਜ਼ਿਆਦਾ ਹਿੰਦੂ ਮਤ ਜ਼ਿਆਦਾ ਗਾਉਂਦੇ ਸੀ ਉਹ ਹਿੰਦੂ ਮਤ ਜੋ ਗਾਉਂਦੇ ਹੁੰਦੇ ਸੀ ਉਹਨੇ ਕਹਿਣਾ ਜਦੋਂ ਕਰੋ ਬਾਣੀ ਮੱਚ ਕਹਿਣਾ ਉਹਨਾਂ ਨੇ ਮੰਦਾ ਹਾਲ ਕਰਤਾ ਸ਼ਨੀ ਦੀ ਚਾਲ ਨੇ ਲਾਤੀ ਆ ਭੜਕਣਾ ਕਿਸੇ ਦੇ ਅਧੀਨ ਹੋ ਕੇ ਪੇਟ ਪਾਲਣਾ ਪੈਂਦਾ ਹੈ ਅੜਕਣਾ ਰਾਜੇ ਵਿਰਾਸ ਦੇ ਮਤਲਬ ਉਹਨਾਂ ਜਾਣਾ ਉਹ ਮੇਰੇ ਵਿੱਚ ਮੈਂ ਛਪ ਜਾਂਦਾ ਜਦੋਂ ਤਾਂ ਹੁਣ ਜੇ ਤਾਂ ਉਹਨੂੰ ਇਤਿਹਾਸ ਅਸੀਂ ਲੈ ਲਈਏ ਫਿਰ ਤਾਂ ਹੋ ਜਾਂਦਾ ਹੈ ਨਾ ਸਮਾਂ ਬਹੁਤ ਹੋ ਗਿਆ ਨਾਲੇ ਸਮਾਂ ਵੀ ਬਹੁਤ ਹੋ ਗਿਆ ਠੀਕ ਹੈ ਸਮਾਂ ਵੀ ਬਹੁਤ ਹੋ ਗਿਆ ਯਾਨੀ ਉਹਨਾਂ ਚੀਜ਼ਾਂ ਦੇ ਸਾਡਾ ਦੀਆਂ ਗੱਲਾਂ ਇਹ ਹਾਂ ਟਾਈਮ ਦੀਆਂ ਗੱਲਾਂ 50-60 ਸਾਲ ਹਾਂ ਅਕਬਾਲ ਦੇ ਵਿੱਚ ਵਿੱਚ ਇੱਕ ਮੇਰੇ ਪੂਰੇ ਕਵਿਤਾ ਨਹੀਂ ਯਾਦ ਤੇ ਜਿਹੜੀ ਵਿੱਚ ਵਿੱਚ ਮੇਰੇ ਇਸ਼ਤਕਾਂ ਯਾਦ ਹੈ ਬਹੁਤਿਆਂ ਨੂੰ ਪੈਂਦਾ ਸੀ ਭੁਲੇਖਾ ਮਲ ਦਾ ਪਰਬਤ ਸਮਾਨ ਆਉਂਦਾ ਭੀਮ ਹਲ ਦਾ ਜਾਨੀ ਪਰਬਤ ਅਕਬਾਲ ਸਿੰਘ ਕਹਿੰਦੇ ਵੀ ਪਰਬਤ ਹਲਦਾ ਨੀ ਹੁੰਦਾ ਪਹਾੜ ਜਾਨੀ ਪਰਬਤ ਵਾਂਗੂ ਲੱਗੇਦਾ ਜੇ ਕਿਤੇ ਨੀ ਜਾਂਦਾ ਉਹ ਭੀਮ ਹਾਂ ਜਿਵੇਂ ਪਰਬਤ ਤੁਰਿਆ ਜਾਂਦਾ ਮੈਂ ਕਹਿੰਦਾ ਨਕਸ਼ੇ ਬੰਦ ਹੁੰਦਾ ਸੀ ਜੱਟ ਕਮਲ ਨਹੀਂ ਸੀ ਅੱਜ ਉਹਨਾਂ ਦੀ ਆਪਾਂ ਇਸੇ ਕਰਕੇ ਉਹਨਾਂ ਨੂੰ ਯਾਦ ਕਰਦੇ ਹਾਂ ਕਿਉਂ ਦੁਨੀਆਂ ਦੇ ਵਿੱਚ ਉਸਤਾਦ ਮੰਨੇ ਗਏ ਇੱਕ ਬਹੁਤ ਜਾਨੀ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਦੇਖੋ ਜੀ ਇਕਬਾਲ ਸਿੰਘ ਆਪਣੇ ਪਿੰਡ ਨਾ ਆਉਂਦੇ ਨਾ ਲੋਪੋ ਦੀ ਧਰਤੀ ਤੇ ਮੇਰੇ ਹਲੇ ਤੱਕ ਮਨ ਹੁੰਦੀ ਵੀ ਨਿਰੰਜਣਾ ਤੂੰ ਨੀ ਸੀ ਇਸ ਪੰਚ ਸੁਣਦਾ ਨਹੀਂ ਨਹੀਂ ਪਤਾ ਹੀ ਨੀ ਸੀ ਲੱਗਣਾ ਇਕਬਾਲ ਨੂੰ ਸੁਣਿਆ ਬਸ ਥੋੜੀ ਚਿਣਗ ਲੱਗ ਗਈ ਉੱਥੋਂ ਉਦੋਂ ਬਾਅਦ ਸਾਰਿਆਂ ਨੂੰ ਹੋਰਾਂ ਨੂੰ ਵੀ ਸੁਣਿਆ ਪਰ ਉਹਨਾਂ ਨੂੰ ਤਾਂ ਉਹਨਾਂ ਦੀ ਕਵਿਸ਼ਰੀ ਨੇ ਤਾਂ ਬਸ ਦੀ ਗੱਲ ਮਕਾ ਲਓ ਵੀ ਮਨ ਦੇ ਵਿੱਚ ਵੀ ਬਹੁਤ ਕਮਲ ਨਹੀਂ ਕਰਦੀ ਉਦੋਂ ਲੱਗਿਆ ਵੀ ਆਪਾਂ ਵੀ ਚੱਲ ਗਏ ਇਸ ਭਾਲ ਚ ਫਿਰ ਹਾਂ ਫੇਰ ਜਾ ਕੇ ਬਣੀ ਗਈ ਹਾਂ ਮੁੜ ਕੇ 30 ਸਾਲ ਤੁਸੀਂ ਤੇ ਬਾਈ ਚਮਕੌਰ ਜੀ ਨੇ ਗਾਇਆ ਇਕੱਠਿਆਂ ਹਾਂਜੀ ਰੰਗ ਭਾਗ ਪੂਰੇ ਲਾਏ ਮਗਰੋਂ ਵੀ ਕੋਈ ਸਾਡਾ ਐਡਾ ਨੀ ਕੋਈ ਗੱਲ ਹੁਣ ਵੀ ਸਾਡਾ ਕੋਈ ਇਹੀ ਨੀ ਗੱਲ ਇੱਕ ਸਿਰਫ ਅਸੀਂ ਬਾਹੀ ਅਡੋਡ ਕੀਤੀ ਹੈ ਪਰ ਸਾਡਾ ਪਾਣੀ ਸਾਡਾ ਇਕੱਠਾ ਹੀ ਹੈ ਇਹ ਵੀ ਨੀ ਗੱਲ ਹੈ ਕੋਈ ਯਾਨੀ ਕੋਈ ਗੁੱਸੇ ਕਿੱਥੇ ਵਾਲੀ ਕੋਈ ਗੱਲ ਨੀ ਹੁਣ ਮੈਂ ਫੋਨ ਕਰਦਾ ਕਿ ਬਾਈ ਚਮਕੌਰ ਕੋਈ ਨੀ ਸਮਾਂ ਮਿਲਿਆ ਤਾਂ ਆਪਾਂ ਬਾਈ ਚਮਕੌਰ ਨਾਲ ਵੀ ਕਿਤੇ ਗੱਲਬਾਤ ਕਰਾਂਗੇ ਉਦੋਂ ਹੋ ਸਕਦਾ ਵੀ ਇਹੋ ਜਿਹਾ ਮਹਾਰਾਜ ਸਮਾਂ ਬਣਾ ਦੇ ਵੀ ਦੋਨਾਂ ਨੂੰ ਬਿਠਾ ਕੇ ਫਿਰ ਉਦੋਂ ਆਨੰਦ ਵੱਧ ਲਈਏ ਜਦੋਂ ਵੀ ਹੁਕਮ ਕਰੋਗੇ ਮਹਾਰਾਜ ਹਾਜ਼ਰ ਚਲੋ ਉਹ ਤਾਂ ਸੱਚੇ ਪਾਤਸ਼ਾਹ ਕਿਤੇ ਹਾਂ ਕਿਉਂਕਿ ਆਪਣਾ ਇਹ ਤਾਂ ਮਾਧਿਅਮ ਇਹ ਚੈਨਲ ਦਾ ਇਹ ਆ ਵੀ ਜਿਵੇਂ ਹੁਣ ਤੁਸੀਂ ਆ ਹੁਣ ਜਦੋਂ ਇਹ ਦੇਸਾਂ ਵਿਦੇਸਾਂ ਦੇ ਵਿੱਚ ਸੁਣਨਗੇ ਉਦੋਂ ਕਿਉਂਕਿ ਲੰਬਾ ਟਾਈਮ ਹੋ ਗਿਆ ਨਾ ਹੁਣ ਮੰਨ ਲਓ ਅੱਜ ਵਾਲੀ ਪੀੜ੍ਹੀ ਨੂੰ ਜਿਵੇਂ ਆਪਾਂ ਇਕਬਾਲ ਜੀਤੇ ਦੀ ਗੱਲ ਕਰਦੇ ਹਾਂ ਬਰਾੜ ਦੀ ਗੱਲ ਕਰਦੇ ਹਾਂ ਜਾਂ ਪੁਰਾਣੇ ਕਵਿਸ਼ਰਾਂ ਦੀ ਗੱਲ ਕਰਦੇ ਉਹ ਫਿਰ ਵੀ ਸੋਚਦੇ ਵੀ ਯਾਰ ਸਰਚ ਕਰ ਇਹਨੂੰ ਕਿਹੜਾ ਬੰਦਾ ਇਹ ਕੌਣ ਸੀ ਕਿੱਥੋਂ ਸੀ ਹੁਣ ਸਾਨੂੰ ਬਾਹਰੋਂ ਫੋਨ ਆਉਂਦੇ ਆ ਹਾਂਜੀ ਜਿਹੜਾ ਮੇਨ ਕੰਮ ਸੀਗਾ ਇਹ ਸੀਗਾ ਵੀ
ਕਵਿਸ਼ਰ ਕੋਈ ਰਾਗੀ ਕੋਈ ਪਾਠੀ ਸਿੰਘ ਗੁਰੂ ਦਾ ਢਾਡੀ ਜਿਹੜੇ ਬਹੁਤ ਸਮਾਂ ਪਹਿਲਾਂ ਗਾ ਗਏ ਵੀ ਉਹਨਾਂ ਨੂੰ ਯਾਰ ਤੁਸੀਂ ਕਿਸੇ ਨਾ ਕਿਸੇ ਹਿਸਾਬ ਕਿਤਾਬ ਨਾਲ ਸੰਗਤਾਂ ਦੇ ਜ਼ਰੂਰ ਰੂਬਰੂ ਕਰੋ। ਫਿਰ ਸਾਡਾ ਜਾਣੇ ਦੀ ਸੀਗਾ ਮਨ ਕਿਉਂਕਿ ਅਸੀਂ ਵੀ ਪਹਿਲਾਂ ਤੋਂ ਇੱਥੇ ਕਵਿਸ਼ਰੀ ਸੁਣਦੇ ਰਹੇ ਹਾਂ। ਹਾਂਜੀ ਹਾਂ ਆਪਣੇ ਸਮਾਂ ਮਿਲਦਾ ਰਿਹਾ ਜਿੰਨਾ ਜਿੰਨਾ ਵੀ ਹੈ ਨਾ। ਹਾਂਜੀ ਹਾਂ ਤੇ ਸਾਨੂੰ ਵੀ ਐਂ ਹੋਇਆ ਵੀ ਆਪਾਂ ਇੱਕ ਪ੍ਰੋਗਰਾਮ ਇਹੋ ਜਿਹਾ ਬਣਾਈਏ ਵੀ ਜਿਹਦੇ ਤੇ ਆਪਾਂ ਪੁਰਾਣੇ ਸੱਜਣਾ ਮਿੱਤਰਾਂ ਨਾਲ ਐਂ ਗੱਲਾਂ ਕਰੀਏ ਦਿਲ ਦੀਆਂ, ਕਿਉਂਕਿ ਵੱਡੀ ਗੱਲ ਤਾਂ ਇਹ ਹੈ ਜੀ ਆਨੰਦ ਬਹੁਤ ਆਉਂਦਾ ਗਾ ਜਦੋਂ ਪੁਰਾਣੀਆਂ ਗੱਲਾਂ ਸੁਣਦੇ ਕਰਦੇ ਹਾਂ, ਤਾਂ ਹੀ ਅਸੀਂ ਉਹ ਦੁਆਰੇ ਦੁਆਰੇ ਛੇੜਦੇ ਹਾਂ ਵੀ ਕੋਈ ਪੁਰਾਣਾ ਕੋਈ ਨਾ ਕੋਈ ਐਸੀ ਗੱਲਬਾਤ ਐਂ ਦੱਸੀ ਜਾਵੇ ਹਨਾ। ਜਿਹੜੀ ਅਗਲਾ ਕਹਿੰਦਾ ਯਾਰ ਉਦੋਂ ਜਿਵੇਂ ਹੁਣ ਤੁਸੀਂ ਸਾਈਕਲਾਂ ਤੇ ਗਏ ਆ, ਅਗਲਾ ਕਹਿੰਦਾ ਯਾਰ ਉਸਤਾਦ ਭਾਲਦੇ ਸੀ ਦੇਖ ਲਓ। ਹਾਂਜੀ ਤੇ ਮੁੜ ਕੇ ਕਿਵੇਂ ਸਮਾਂ ਮਿਲਿਆ। ਹਾਂਜੀ ਨਿਰੰਜਣ ਨਿਰੰਜਣ ਹੋ ਗਈ, ਮੈਂ ਕਹਿੰਦਾ ਜੀ ਭਾਈ ਨਿਰੰਜਣ ਸਿੰਘ। ਹਾਂ ਅੱਛਾ ਮੁੜ ਕੇ ਤੁਸੀਂ ਜਾਣੀ ਦੀ ਫਿਰ ਜੇ ਕੋਈ ਬੁਲਾਉਂਦਾ ਤੁਹਾਨੂੰ ਤਾਂ ਤੁਸੀਂ ਉੱਥੇ ਗਾਉਣ ਜਾਂਦੇ ਰਹੇ। ਹਾਂਜੀ ਤੇ ਅੱਜ ਕੱਲ ਫਿਰ ਕਿੱਥੇ ਆ ਤੁਹਾਡਾ ਟਿਕਾਣਾ ਕੋਈ ਕਿੱਥੇ? ਮੋਗੇ। ਅੱਛਾ ਫਿਰ ਤੁਸੀਂ ਲੋਪੋ ਨਗਰ ਤੋਂ ਮੋਗੇ, ਇਹ ਵੀ ਹੁਣ ਦੱਸ ਹੀ ਦਿਓ ਮੋਗੇ ਕਿਵੇਂ ਪਹੁੰਚ ਗਏ ਫਿਰ ਤੁਸੀਂ? ਕਵਿਸ਼ਰੀ ਦੱਸਾਂ ਕਿ ਉੱਡੇ ਸਿੱਧੇ ਹੀ ਦੱਸਦੇ? ਕਵਿਸ਼ਰੀ ਜੀ ਦੱਸ ਦਿਓ ਤੁਸੀਂ, ਜਿਵੇਂ ਹੁਣ ਕਹਿ ਦਿੰਦੇ ਅਗਲਾ ਕਹਿੰਦਾ ਜੇ ਅੱਜ ਮਿਲਣਾ ਹੋਵੇ ਬਾਈ ਜੀ ਨੂੰ ਹਨਾ, ਭਾਈ ਨਿਰੰਜਣ ਸਿੰਘ ਜੀ ਲੋਪੋ ਵਾਲੇ ਹੀ ਵੱਜਦੇ ਆ ਹੁਣ ਤਾਂ, ਪਰ ਇਹਨਾਂ ਦਾ ਟਿਕਾਣਾ ਥੋੜਾ ਜਿਹਾ ਸਾਨੂੰ ਪਤਾ ਲੱਗਿਆ ਵੀ ਇੱਥੋਂ ਰਹਿ ਸਾ ਜਿਹੜੀ ਆ ਮੋਗੇ ਕਰ ਲਈ ਨਾ। ਹਾਂਜੀ ਹਾਂ ਵੀ ਜਿਵੇਂ ਹੁਣ ਤੁਹਾਨੂੰ ਪੁੱਛ ਗਏ ਤੇ ਦੱਸ ਦੋ ਟਿਕਾਣਾ ਆਪਣਾ। ਅੱਛਾ ਜੀ ਇਹ ਹੁਣ ਤੁਸੀਂ ਦੱਸਣਾ ਜੀ ਕਿਵੇਂ ਦੱਸਦੇ ਹੋ? ਅੱਛਾ ਇੱਕ ਤਾਂ ਹੁੰਦਾ ਵੀ ਸਾਡਾ ਜੀ ਨਗਰ ਹੁਣ ਮੋਗਾ ਵਾ ਗਲੀ ਮੁਹੱਲਾ ਹਨਾ, ਇੱਕ ਹੁੰਦਾ ਗਾ ਵੀ ਪਤਾ ਲੱਗਦਾ ਅਗਲੇ ਨੂੰ ਵੀ ਕਵੀ ਆ ਕਵਿਸ਼ਰ ਆ ਹਾਂਜੀ ਲਿਖਾਰੀ ਆ। ਹਾਂਜੀ ਉਸੇ ਹਿਸਾਬ ਕਿਤਾਬ ਨਾਲ ਹੀ ਦੱਸ ਦਿਓ। ਕਵਿਤ ਛੰਦ ਵਿੱਚ ਆਉਣ ਦਿਓ। ਇਹੋ ਜਿਹੇ ਚੰਗੇ ਮੌਕੇ ਉੱਤੇ ਦੱਸਣਾ ਦਰਸ ਚੰਗਾ, ਪੰਜ ਪੀਰੀ ਲੋਪੋ ਇਤਿਹਾਸ ਦਿਸਦਾ ਪੁਰਾਣਾ ਜੀ। ਛੇਵੇਂ ਪਾਤਸ਼ਾਹ ਨੇ ਪਿੰਡ ਲੋਪੋ ਨੂੰ ਬਚਨ ਕੀਤੇ, ਚਾਰ ਪੀਰ ਗੁਪਤ ਯਾਰ ਪੰਜਵਾਂ ਖਬਾਨਾ ਜੀ। ਹਾਂਜੀ ਕੰਨਿਆਂ ਦਾ ਕਾਲਜ ਮਸ਼ਹੂਰ ਪਹਿਲੇ ਨੰਬਰਾਂ ਚ, ਪੰਚਾਇਤ ਘਰ ਬਣਿਆ ਕੋਲੇ ਖੁੱਲ ਗਿਆ ਥਾਣਾ, ਮੋਗਾ ਜਿਹੜਾ ਲੱਗੇ ਲੋਪੋ ਪਿੰਡ ਨੂੰ ਬਹੁਤ ਸੋਹਣਾ, ਹੁਣ ਸਾਨੂੰ ਪੈਂਦਾ ਨਹੀਂ ਫਰੀਦਕੋਟ ਜਾਣਾ ਜੀ। ਸੰਤਾਂ ਵਾਲੀ ਲੋਪੋ ਭਾਗਾਂ ਵਾਲਾ ਹੈ ਨਗਰ ਮੇਰਾ, ਗੇੜ ਅੰਨ ਜਲ ਮੋਗੇ ਕਰਿਆ ਜਾ ਟਿਕਾਣਾ ਜੀ। ਪਿਤਾ ਸਾਡਾ ਕਾਕਾ ਸਿੰਘ, ਮਾਤਾ ਸਾਡੀ ਜੀਤ ਕੌਰ, ਸ਼ੇਰ ਗਿੱਲ ਗੋਤ ਚੜ੍ਹਦੀ ਕਲਾ ਚ ਘਰਾਣਾ ਜੀ। ਤਿੰਨ ਅਸੀਂ ਭਾਈ ਦੋ ਦੋ ਜਨਮੇ ਪੁੱਤਰ ਸਾਡੇ, ਪੰਜ ਸਾਡੇ ਪੋਤੇ ਚੰਗਾ ਵੱਧ ਗਿਆ ਲੈਣਾ, ਪੈਰੀ ਹੱਥ ਲਾਉਣ ਤਿੰਨੇ ਨੂੰਹਾਂ ਸਤਿਕਾਰ ਨਾਲ, ਚੰਗੇ ਪਰਿਵਾਰ ਲੱਭੇ ਤਾਜ਼ਾ ਮੇਰੇ ਖਾਣਾ ਜੀ। ਛਿੰਦਰ ਚਮਕੌਰ ਮੁੱਢੋ ਮੁੱਢੀ ਦੇ ਹਮਾਰੇ ਸਾਥੀ, ਬੋਝਲ ਸਰੀਰ ਹੋ ਗਏ ਮਾਡਲ ਪੁਰਾਣਾ ਜੀ। ਦਗਦ ਅੱਖਰ ਗਣ ਗਿੰਦਰ ਲਿਖਾਰੀ ਦੱਸੇ, ਧਾਲੀ ਵਾਲ ਜੱਟ ਚੰਗਾ ਪਿੰਗਲ ਦਾ ਸਿਆਣਾ ਜੀ। 97-808-13-044 ਤੇ ਨੰਬਰ ਲਾਓ, ਫੇਰ ਓਕੇ ਕਰਕੇ ਤੇ ਹੈਲੋ ਕਹਿ ਬੁਲਾਣਾ ਜੀ। ਵਾਹ ਗੁਰੂ ਜੀ ਦੇਵਨਾਥ ਕੋਲੋਂ ਸਿੱਖਿਆ ਕਵਿਸ਼ਰੀ ਮੈਂ, ਬਖਸ਼ਿਆ ਅਸਤਾਨ ਨੇ ਨਿਰੰਜਣ ਮਾਣਾ ਜੀ। ਅਸੀਂ 30 ਵਾਰਡ ਵਿੱਚ ਰਹਿੰਦੇ ਹਾਂ ਜੀ ਮੋਗੇ, ਠੀਕ ਹੈ ਜੀ। ਉੱਥੇ ਵਾਰਡ ਹੈ ਜਿਵੇਂ ਆਪਣੇ ਕਵਾਡ,
30 ਵਾਰਡ ਨਜ਼ਦੀਕ ਸਤਪਾਲ ਵੈਦ ਸਾਡੇ ਨਗਾਹਾ ਰੋਡ ਬਹਾਦਰ ਸਿੰਘ ਬਸਤੀ ਦੇ ਵਿੱਚ ਮਕਾਨ ਨੰਬਰ 848 ਨੰਬਰ ਤੇ ਮਕਾਨ ਸਾਡਾ ਕਵੀਸ਼ਰ ਭਾਈ ਨਿਰੰਜਨ ਸਿੰਘ ਦਾ ਬੋਰਡ ਲੱਗਿਆ ਹੋਊਗਾ ਇੱਥੇ ਸਾਹਮਣੇ ਠੀਕ ਹੈ ਸਾਰੇ ਦੇਖ ਬਗਿੰਦ ਜਾਣੀ ਵੀ ਜੇ ਸੰਗਤ ਨੇ ਦਰਸ਼ਨ ਕਰਨੇ ਆ ਮਿਲਣਾ ਕਿਸੇ ਵੀ ਪ੍ਰੋਗਰਾਮ ਤੇ ਅੱਜ ਵੀ ਤੁਸੀਂ ਜਾਣੀ ਦੀ ਕਾਇਮ ਹੋ ਮੈਂ ਕਹਿੰਦਾ ਮਾਰਾ ਭਲਾ ਦੱਸ ਹੈ ਕਿ ਨਹੀਂ ਤੇ ਨਹੀਂ ਠੀਕ ਆ ਹੁੰਦਾ ਜੀ ਹਾਂਜੀ ਬਸ ਇਹ ਪਰਮਾਤਮਾ ਦੀ ਸੱਚੇ ਪਾਸੇ ਦੀ ਉਹ ਹੁੰਦਾ ਨੀ ਦੇਖੋ ਪਤਾ ਕਿ ਜਿੰਨਾ ਚਿਰ ਬੰਦੇ ਦਾ ਅੰਦਰੋਂ ਫੁਰਨਾ ਨੀ ਮੈਂ ਪਹਿਲਾਂ ਵੀ ਆਪਾਂ ਦੱਸ ਰਹੇ ਹਾਂ ਅੰਦਰੋਂ ਉਤਸ਼ਾਹ ਪੂਰਾ ਹੁੰਦਾ ਨਾ ਉਹਨਾਂ ਚਿਰ ਤਾਂ ਫਿਰ ਉਹ ਕਰੀ ਜਾਂਦਾ ਸਾਰਾ ਕੁਛ ਜਾਣੀ ਉਹਨਾਂ ਚਿਰ ਉਹ ਉਵੇਂ ਬੋਲੂਗਾ ਉਵੇਂ ਬੋਲੂਗਾ ਵਧੀਆ ਬੋਲੂਗਾ ਹੌਲੀ ਹੌਲੀ ਹੁਣ ਜਿਵੇਂ ਕਹਿੰਦੇ ਨੇ ਤਕੜੇ ਤਕੜੇ ਇੰਜਣ ਖੜ ਜਾਂਦੇ ਆ ਬਹੁਤ ਵੱਡੇ ਵੱਡੇ ਹੈ ਨਾ ਠੀਕ ਹੈ ਕੌਮ ਉਮਰ ਜਦੋਂ ਇੱਥੋਂ ਤੱਕ ਜਾਵੜੇ ਨਾ ਤੇ ਬਸ ਹੁਣ ਉਹਨਾਂ ਦਾ ਸਕਰਾਨਾ ਹੀ ਅਕਾਲ ਪੁਰਖ ਦਾ ਸਵਾਮੀ ਜੀ ਦਾ ਉਸਤਾਦ ਦਾ ਤੁਹਾਡਾ ਸ਼ਕਰਾਨਾ ਹੀ ਤੇ ਜਿਹੜੇ ਸੰਜੋਗੀਆਂ ਨੇ ਤੁਹਾਡੇ ਨਾਲ ਮੇਲ ਕਰਾਇਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਇੰਨਾ ਮਾਣ ਬਖਸ਼ਿਆ ਵੱਡੀ ਕਿਰਪਾ ਹੁੰਦੀ ਹੈ ਬਿਲਕੁਲ ਠੀਕ ਹੈ ਜਿਹਦੇ ਤੇ ਸੰਗਤ ਖੁਸ਼ ਹੈ ਨਾ ਸਭ ਨੂੰ ਰੱਬ ਹੀ ਖੁਸ਼ ਹੈ ਰੱਬ ਹੀ ਖੁਸ਼ ਹੈ ਸੰਗਤ ਨੂੰ ਵੀ ਮੋਹਣਾ ਬਹੁਤ ਕਮਿਸ਼ਨ ਨੂੰ ਔਖਾ ਹੈ ਹਾਂਜੀ ਹਾਂ ਬੜਾ ਕੁਛ ਚੱਲਿਆ ਬਾਜੀ ਦੁਨੀਆਂ ਤੇ ਬੜਾ ਕੁਛ ਚੱਲਿਆ ਪਿਆ ਹੁਣ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਬਿਲਕੁਲ ਕਿਉਂਕਿ ਸਾਰੇ ਆਪਦੀ ਜਗ੍ਹਾ ਠੀਕ ਹੈ ਹਰ ਧਰਮ ਦਾ ਸਤਿਕਾਰ ਕਰੋ ਠੀਕ ਹੈ ਆਪਣੇ ਧਰਮ ਨਾਲ ਪਿਆਰ ਕਰੋ ਸਤਿਕਾਰ ਸਾਰਿਆਂ ਦਾ ਹੀ ਹੈ ਪਰ ਆਪਦੇ ਧਰਮ ਦਾ ਜਾਣੀ ਪੂਰਾ ਆਪਦੇ ਧਰਮ ਚ ਰਹਿ ਕੇ ਬੰਦਗੀ ਕਰੋ ਆਪਦਾ ਕਿੱਤਿਆ ਕਰਮ ਕਰੋ ਠੀਕ ਹੈ ਜੀ ਤੇ ਕਵਿਸ਼ਰੀ ਆਟੋਮੈਟਿਕ ਆਊਗੀ ਗੱਲ ਕਿਹੜੀ ਹੈ ਆਊਗੀ ਐਡੀ ਕਿਹੜੀ ਗੱਲ ਹੈ ਜਾਂਦੇ ਜਾਂਦੇ ਸੁਣਾ ਦੇ ਕੁਛ ਅੱਛਾ ਸੁਣਾ ਦੀਏ ਹਾਂ ਸੁਣਾਓ ਜੀ ਕੋਈ ਵੀ ਜਿਹੜਾ ਤੁਹਾਨੂੰ ਲੱਗਦਾ ਵੀ ਹਾਂ ਆਨੰਦ ਵੱਜ ਜੇ ਅੱਛਾ ਇਹ ਸਮਾਂ ਮਸਾਂ ਮਿਲਦਾ ਮੈਂ ਫਲਾਂ ਲਾਉਣ ਹਾਂ ਜੀ ਹਾਂ ਤੇ ਸਾਨੂੰ ਵੀ ਐ ਗੱਲਬਾਤ ਕਰਕੇ ਥੋੜਾ ਜਿਹਾ ਆਨੰਦ ਆ ਰਿਹਾ ਹੈਗਾ ਹਾਂ ਤੇ ਸੁਣਿਓ ਹਾਂਜੀ ਇਹ ਕਵਿਤਾ ਮੇਰੀ ਤਾਂ ਲਿਖੀ ਵੀ ਸੁਣ ਲਓ ਇਹ ਫਕੀਰ ਚੰਦ ਫੱਕਰ ਦੀ ਕਵਿਤਾ ਲਿਖੀ ਹੈ ਸਵਰਗ ਵਾਸੀ ਦੀ ਹਾਂ ਹਾਂ ਠੀਕ ਹੈ ਜੀ ਉਹਨਾਂ ਲਿਖਿਆ ਦੰਗਲਾਂ ਵਿੱਚ ਛਿਪਣ ਨਾਦਾਨੀ ਭਲੇ ਭਲਾਈ ਤਜ ਦੇਣਾ ਧੀ ਨਾ ਛਿਪੇ ਕਰਾਣੇ ਕਰਦੀ ਮਰਦ ਜਵਾਨੋਂ ਪਾਈ ਦੇਣਾ ਤੜਕ ਉੱਠ ਕੇ ਸ਼ਾਮ ਸਵੇਰੇ ਰਾਮ ਵਾਹਿਗੁਰੂ ਕਹੀਏ ਜੀ ਭਲਾ ਮੰਗਣ ਸਰਬੱਤ ਦਾ ਤਿੰਨੇ ਗੁਰਸਿੱਖ ਸੰਤ ਗਵਈਏ ਜੀ ਰਾਜੇ ਦੇ ਗੁਣ ਪਰਜਾ ਗਾਵੇ ਹਾਕਮ ਹੱਥ ਨਸਾਫ ਰਹੇ ਓ ਰਾਜੇ ਦੇ ਗੁਣ ਪਰਜਾ ਗਾਵੇ ਹਾਕਮ ਹੱਥ ਨਸਾਫ ਰਹੇ ਲਾਉਂਦੇ ਰਹਿਣ ਕਵੀਸ਼ਰ ਖਾੜੇ ਪਿੰਡਾਂ ਵਿੱਚ ਥਵਾਕ ਰਹੇ ਬੈਤ ਕੋਡੜੇ ਝੋਕ ਕਵਿਤਾ ਦੂਡੇ ਸੰਦ ਡਵਈਏ ਜੀ ਭਲਾ ਸਰਬੱਤ ਦਾ ਮੰਗਦੇ ਤਿੰਨੇ ਗੁਰਸਿੱਖ ਸੰਤ ਗਵਈਏ ਜੀ ਧੀਆਂ ਪੁੱਤਰ ਔਰਤ ਮੰਨੇ ਜਿਹੜੀ ਵੀ ਗੱਲ ਕੰਤ ਕਹੇ
ਗਰਮੀ ਸਰਦੀ ਰਹਿਣ ਬਰਾਬਰ ਰੱਬੀ ਰੁੱਤ ਬਸੰਤ ਰੇ ਗ੍ਰਹਿਸਤ ਮਾਰਗ ਦੀ ਗੱਡੀ ਰੇ ਕਾਇਮ ਰਹਿਣ ਦੋ ਪਹੀਏ ਜੀ ਭਲਾ ਸਰਬੱਤ ਦਾ ਮੰਗਦੇ ਤਿੰਨੇ ਗੁਰਸਿੱਖ ਸੰਤ ਗਵਈਏ ਜੀ ਢੋਲ ਧਮਾਕੇ ਰਹਿਣ ਖੜਕਦੇ ਕਾਇਮ ਰਹੇ ਭਲਵਾਨੀ ਜੀ ਜਾਨੀ ਜਣੇ ਭਗਤ ਜਨ ਦਾਤਾ ਦਾਨੀ ਵਰਮ ਗਿਆਨੀ ਜੀ ਹਿੰਦੂ ਮੁਸਲਿਮ ਸਿੱਖ ਈਸਾਈ ਇਕੱਠੇ ਰਲ ਕੇ ਬਈਏ ਜੀ ਉਹ ਇਕੱਠੇ ਰਲ ਕੇ ਬਈਏ ਜੀ ਭਲਾ ਸਰਬੱਤ ਦਾ ਮੰਗਦੇ ਤਿੰਨੇ ਗੁਰਸਿੱਖ ਸੰਤ ਗਵਈਏ ਜੀ ਹੁੰਦੀਆਂ ਰਹਿਣ ਜੱਟਾਂ ਦੀਆਂ ਫਸਲਾਂ ਸੁਪਨੇ ਵਿੱਚ ਨਾ ਕਾਲ ਪਵੇ ਲੱਗਦੇ ਰਹਿਣ ਖੁਸ਼ੀ ਦੇ ਜੋੜ ਮੇਲੇ ਗਿੱਧਿਆਂ ਵਿੱਚ ਧਮਾਲ ਪਵੇ ਹਰ ਘਰ ਦੇ ਵਿੱਚ ਪੁੱਤਰ ਹੋਮਣ ਕਰਦੇ ਟਾਪਟ ਪਈਏ ਜੀ ਭਲਾ ਸਰਬੱਤ ਦਾ ਮੰਗਦੇ ਤਿੰਨੇ ਗੁਰਸਿੱਖ ਸੰਤ ਗਵਈਏ ਜੀ ਸੰਨ ਸੰਤਾਲੀ ਵਰਗਾ ਮੁੜ ਕੇ ਸੰਨ ਸੰਤਾਲੀ ਵਰਗਾ ਮੁੜ ਕੇ ਆਵੇ ਸਮਾਂ ਭਿਆਨਕ ਨਾ ਗੱਭਰੂ ਮੁੰਡਾ ਸੱਜ ਵਿਆਹੀ ਇਕੱਠੇ ਮਰਨ ਅਚਾਨਕ ਨਾ ਤਿੰਨੇ ਜਣੇ ਹੱਥ ਬੰਨ ਕੇ ਅਸੀਂ ਰੱਬ ਨੂੰ ਕਹੀਏ ਜੀ ਭਲਾ ਸਰਬੱਤ ਦਾ ਮੰਗਦੇ ਤਿੰਨੇ ਗੁਰਸਿੱਖ ਸੰਤ ਗਵਈਏ ਜੀ ਦੋ ਕਸਾਲੀ ਗੁੜ ਬੰਦਿਆ ਜਾਵੇ ਜਦ ਆਵੇ ਨਨ ਲੋਹੜੀ ਦਾ ਘਰ ਵਿੱਚ ਚੰਗਾ ਪਾਲਣ ਪੋਸ਼ਣ ਹੁੰਦਾ ਟਬਰੀ ਥੋੜੀ ਦਾ ਬੱਚੇ ਸਭ ਦੇ ਬੰਨ ਮੁਲਾਜ਼ਮਾਂ ਕੰਮ ਕਰਨ ਕਰ ਪਈਏ ਜੀ ਭਲਾ ਸਰਬੱਤ ਦਾ ਮੰਗਦੇ ਤਿੰਨੇ ਗੁਰਸਿੱਖ ਸੰਤ ਗਵਈਏ ਜੀ ਰਿਸ਼ਵਤ ਖੋਰੀ ਚੋਰੀ ਹਟ ਜੇ ਇੱਥੇ ਰਿਸ਼ਵਤ ਖੋਰੀ ਚੋਰੀ ਹਟ ਜੇ ਗਿਣਤੀ ਘੱਟ ਜੇ ਠੱਗਾਂ ਦੀ ਪਾਉਂਦੇ ਰਹਿਣ ਹਮੇਸ਼ਾ ਕੀਮਤ ਦੋਸਤ ਵੱਟੀਆਂ ਪੱਗਾਂ ਦੀ ਫੱਕਰ ਵਾਖੇ ਹਰ ਬੰਦੇ ਦੇ ਜੇਬ ਚ ਰਹਿਣ ਰੁਪਈਏ ਜੀ ਉਹ ਜੇਬ ਚ ਰਹਿਣ ਰੁਪਈਏ ਜੀ ਭਲਾ ਸਰਬੱਤ ਦਾ ਮੰਗਦੇ ਤਿੰਨੇ ਗੁਰਸਿੱਖ ਸੰਤ ਗਵਈਏ ਜੀ ਵਾਹ ਜੀ ਵਾਹ ਕਿਆ ਵਾਹਿਗੁਰੂ ਹੁਣ ਜੀ ਤਾਂ ਕਰਦਾ ਨੀ ਗਾ ਨਹੀਂ ਵੇਖੋ ਪਤਾ ਥੋੜੇ ਜਿਹੇ ਆਪਾਂ ਉੱਠ ਕੇ ਗਾਉਂਦੇ ਜਾਂ ਬੈਠ ਕੇ ਉਹ ਕੁਛ ਵੱਖਰਾ ਹੈਨਾ ਉਦੋਂ ਕੁਛ ਥੋੜੇ ਜਿਹੇ ਹੋਰ ਵੀ ਗੱਲ ਹੁੰਦੀ ਹੈ ਬੈਠਿਆਂ ਦੀ ਕਮਿਸ਼ਨ ਕੁਛ ਹੋਰ ਹੈ ਬੈਠ ਕੇ ਤਾਂ ਬੰਦਗੀ ਕਰ ਸਕਦੇ ਹਾਂਜੀ ਹਾਂ ਠੀਕ ਹੈ ਬਸ ਕੋਈ ਨੀ ਜਿੱਥੇ ਮਰਜੀ ਭਲਾ ਕਦੋਂ ਮਰਜੀ ਵੀ ਉਹਨੇ ਕਈ ਵਾਰੀ ਖੇਤ ਦੇ ਵਿੱਚ ਵੀ ਐ ਕਿਤੇ ਕੰਮ ਧੰਦੇ ਕਰਦੇ ਉੱਥੇ ਵੀ ਗਾਉਂਦੇ ਸੀ ਲੈ ਦੱਸ ਲੋਕ ਕਹਿ ਲੈਣਾ ਕਿਉਂ ਵੱਡੇ ਨੇ ਬਈ ਨਿਰੰਜਣਾ ਯਾਰ ਤੂੰ ਕਮਿਸ਼ਨ ਬਣ ਗਿਆ ਉਹਨੇ ਕੋਈ ਕਵਿਤਾ ਸੁਣਾ ਸੰਨ ਸੁੰਗਲ ਨੇ ਗੱਲ ਹੀ ਨਹੀਂ ਗੱਲ ਬਸ ਯਾਦ ਕਰ ਲੈਣਾ ਅਸਤਾਰ ਨੂੰ ਉਸੇ ਟਾਈਮ ਤੇ ਆ ਜਾਣੀ ਇਹ ਨੀ ਗੱਲ ਕੋਈ ਤੇ ਸਾਰੀ ਬਹੁਤ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨਾ ਉਹ ਪਹਿਲਾਂ ਰੱਤਾਂ ਲਾ ਕੇ ਲਿਜਾਣੀਆਂ ਪੈਂਦੀਆਂ ਮਤਲਬ ਹੈ ਨਾ ਤੇ ਚਲੋ ਉਦੋਂ ਸਾਡੀ ਫਿਰ ਪੂਰੀ ਤਿਆਰੀ ਹੁੰਦੀ ਉਸ ਚੀਜ਼ ਗਾਉਣ ਦੀ ਠੀਕ ਹੈ ਜਿਵੇਂ ਹੁਣ ਬਾਬਾ ਸ੍ਰੀ ਚੰਦ ਸਾਹਿਬ ਦਾ ਦਿਨ ਲੰਘਿਆ ਉਹ ਸਾਡਾ ਪੂਰਾ ਰੱਟਾ ਲੱਗਿਆ ਵਾ ਸੀ ਉਹ ਚੀਜ਼
ਉਹਨਾਂ ਨੂੰ ਸਾਨੂੰ ਗੱਲ ਹੋਈ ਵੀ ਸੀ ਵੀ ਸੁਣਨਾ ਹੀ ਇਹ ਉਸ ਚੀਜ਼ ਦਾ ਟੱਟਾ ਲੱਗਾ ਹੁੰਦਾ ਤੇ ਤੁਸੀਂ ਸਮਾਂ ਦਿੱਤਾ ਸਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਹੁਣ ਤੁਸੀਂ ਕਵਿਸ਼ਰੀ ਜਥਿਆਂ ਨੂੰ ਸੰਗਤ ਨੂੰ ਜਾਂ ਮੈਂ ਕਹੂੰਗਾ ਵੀ ਮੈਸੇਜ ਮੰਨ ਲਓ ਸੁਨੇਹਾ ਕੀ ਦੇਣਾ ਚਾਹੁੰਦੇ ਆ ਸੰਗਤ ਨੂੰ ਵੀ ਕਵਿਸ਼ਰੀ ਜਿਵੇਂ ਬਹੁਤ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਘੱਟ ਨਵੀਂ ਪੀੜ੍ਹੀ ਆ ਜਿਹੜੀ ਉਹ ਥੋੜ੍ਹੀ ਜਿਹੀ ਜੁੜ ਜਾਵੇ ਤਾਂ ਜ਼ਿਆਦਾ ਵਧੀਆ ਗੱਲ ਆ ਰਾਗੀ ਢਾਡੀ ਕਵਿਸ਼ਰ ਅਤੇ ਗੁਰੂ ਦੇ ਜਾਣੀ ਦੀ ਪਾਠੀ ਸਿੰਘ ਹਾਂਜੀ ਇੱਧਰ ਨੂੰ ਹੁਣ ਨਵੀਂ ਪੀੜ੍ਹੀ 'ਚੋਂ ਬਹੁਤ ਘੱਟ ਆ ਰਹੇ ਆ ਨੌਜਵਾਨ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਇਹ ਕੀ ਹੁੰਦਾ ਹੈ ਜਿਹੜਾ ਕਿਸੇ ਨੂੰ ਜਿਹੜੀ ਜ਼ੋਰ ਦੇ ਨਾਲ ਆਪਾਂ ਕੋਈ ਬੰਨ ਕੇ ਕੰਮ ਕਰਾਉਣੇ ਹਾਂਜੀ ਉਹ ਸਫਲਤਾ ਖੜਦਾ ਨੀ ਉਹ ਚੀਜ਼ ਇੱਕ ਵਾਰੀ ਚੜਜੂ ਸਟੇਜ ਤੇ ਸਿੱਖਣ ਲੱਗ ਜੂਗਾ ਤੁਸੀਂ ਜ਼ਿਆਦਾ ਹੀ ਕਹਿਤਾ ਨਾ ਲੱਗ ਜੂਗਾ ਉਹਦਾ ਅੰਦਰੋਂ ਵਿੱਚ ਰਾਦਾ ਨੀ ਹੁੰਦਾ ਪੂਰਾ ਉਹ ਉਸਤਾਦ ਨੂੰ ਪਤਾ ਵੀ ਲੱਗ ਜਾਂਦਾ ਉਸਤਾਦ ਵੀ ਆਪਦਾ ਪਹਿਰਾ ਚੱਕ ਦਿੰਦਾ ਹੁੰਦਾ ਠੀਕ ਹੈ ਪਹਿਲੀ ਗੱਲ ਤਾਂ ਜਿਵੇਂ ਤੁਸੀਂ ਗੱਲ ਕਰੀ ਵੀ ਅੱਜ ਦੀ ਪਨੀਰੀ ਹੈ ਜੀ ਪਤਾ ਨੀ ਖਨੀ ਕੀ ਗੱਲ ਹੈ ਜਾਣੀ ਉਹਨਾਂ ਨੂੰ ਧਾਰਮਿਕ ਵਾਲੇ ਪਾਸੇ ਜੋ ਤੁਸੀਂ ਲਿਆਉਂਦੇ ਆ ਨਾ ਕਵਿਛਰੀ ਬੰਨੀ ਇਤਿਹਾਸ ਬੰਨੀ ਉਹ ਜੁੜਨਾ ਚਾਹੁੰਦੇ ਨੀ ਜੀ ਅੰਦਰੋਂ ਕੋਈ ਬਿਰਲੇ ਮੁੰਡੇ ਆ ਮੇਰੇ ਨਾਲ ਦੋ ਮੁੰਡੇ ਆ ਇਹ ਹਾਂਜੀ ਇਹ ਮੇਰੀ ਪੂਰੀ ਮੈਂ ਗੱਲ ਇਹਨਾਂ ਮਾਤਾ ਪਿਤਾ ਨਾਲ ਪੂਰੀ ਗੱਲ ਕਰੀ ਆ ਪਹਿਲਾਂ ਬਈ ਮੇਰੀ ਇਹਨਾਂ ਨੂੰ ਮੰਨਣੀ ਪਊਗੀ ਜਿੱਥੇ ਮੈਂ ਕਹੂੰ ਉੱਥੇ ਖੜਨਾ ਪਊ ਜਿੰਨਾ ਟਾਈਮ ਕਹਿਤਾ ਉਨਾ ਜਿਹੜਾ ਮੈਂ ਇਤਿਹਾਸ ਇਹਨਾਂ ਨੂੰ ਦੇਊਂਗਾ ਉਹ ਇਤਿਹਾਸ ਇਹਨਾਂ ਨੂੰ ਯਾਦ ਕਰਨਾ ਪਊਗਾ ਸਾਰੀ ਗੱਲ ਇਹ ਅੰਦਰੋਂ ਚਾਹੁੰਦੇ ਹੁਣ ਕਵਿਛਰੀ ਪਤਾ ਆਪ ਨੂੰ ਲੱਗ ਜਾਂਦਾ ਸਿਖਾਉਣ ਵਾਲੇ ਨੂੰ ਪਤਾ ਲੱਗ ਜਾਂਦਾ ਠੀਕ ਹੈ ਵੀ ਉਹ ਸਿੱਖ ਸਕਦਾ ਜਿਹਨੂੰ ਅੰਦਰੋਂ ਵੀ ਆਏ ਅੰਦਰੋਂ ਬਾਕੀ ਅਕਾਲ ਪੁਰਖ ਦੀ ਕਿਰਪਾ ਹੋਵੇ ਜਿਹਦੇ ਪੱਲੇ ਨਾਮ ਦੀ ਇਤਿਹਾਸ ਦੀ ਬੰਦਗੀ ਦੀ ਦਾਤ ਪਾਉਣੀ ਹੋਵੇ ਇਹ ਕਵਿਸ਼ਰੀ ਵੀ ਇੱਕ ਬੰਦਗੀ ਹੈ ਜੀ ਬਿਲਕੁਲ ਬਿਲਕੁਲ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਬਖਸ਼ਿਸ਼ ਕੀਤੀ ਬੰਦਗੀ ਹੈ ਜੀ ਇਹ ਵੀ ਬਹੁਤ ਵੱਡੀ ਦੇਣ ਹੈ ਦਸਵੇਂ ਪਾਤਸ਼ਾਹ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ 52 ਕਵੀ ਆਪਦੇ ਚਰਨਾਂ ਦੇ ਵਿੱਚ ਰੱਖੇ ਪੌਂਟਾ ਸਾਹਿਬ ਦੀ ਧਰਤੀ ਦੇ ਉੱਤੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਤੇ ਵੇਖ ਲਓ ਵੀ ਕਿਆ ਬਾਤ ਹੈ ਉਹਨਾਂ ਦੀ ਕਿਰਪਾ ਦੇ ਨਾਲ ਜਿਹੜੇ ਬੰਦੇ ਹੁਣ ਆਪਦੀ ਮਿਹਨਤ ਕਰਦੇ ਆ ਬਹੁਤ ਵਧੀਆ ਦੁਨੀਆਂ ਦੇ ਅੱਗੇ ਉਹ ਵੇਖ ਲਓ ਤੇ ਜਾਣੀ ਉੱਭਰ ਕੇ ਅੱਗੇ ਆ ਰਹੇ ਆ ਗੱਲ ਮਿਹਨਤ ਦੀ ਹੈ ਨਾਲ ਬੰਦਗੀ ਜਿਵੇਂ ਪਹਿਲਾਂ ਗੱਲ ਕਰੀ ਆਪਾਂ ਮੈਂ ਜਾਣੀ ਜ਼ਰੂਰੀ ਆ ਨਾਲ ਨਾਲ ਬੰਦਗੀ ਉਹਦਾ ਜਿਹੜੀ ਵਧੀਆ ਅਸਰ ਪੈਂਦਾ ਉਸ ਚੀਜ਼ ਦਾ ਥੋੜਾ ਆਵਾਜ਼ ਵੀ ਬਣ ਜੂਗੀ ਅੰਦਰੋਂ ਸ਼ਬਦ ਵੀ ਅੰਦਰ ਕੰਮ ਕਰੂਗਾ ਬਸ ਉਹਦੇ ਨਾਲ ਪੂਰਾ ਜਾਣੀ ਵਧੀਆ ਗੱਲ ਬਣ ਜਾਂਦੀ ਹੁੰਦੀ ਠੀਕ ਹੈ ਇੱਕ ਰੰਗ ਹੁੰਦਾ ਫਿਰ ਰੰਗ ਤੇ ਬਰੰਗ ਚੜ ਜਾਂਦਾ ਉਹ ਤਾਂ ਫਿਰ ਪੱਕਾ ਰੋਗ ਨੀ ਹੋ ਜਾਂਦਾ ਇੱਕ ਉਸਤਾਦ ਰੋਗਨ ਵੀ ਕਰ ਦਿੰਦੇ ਆ ਫਿਰ ਹੋਰ ਰੰਗ ਦੀ ਲਵਾ ਲੋੜ ਪੈਂਦੀ ਨਾ ਕਿਸੇ ਪੱਕੇ ਰੰਗ ਚਾੜ ਦਿੰਦੇ ਹਾਂ ਦੇਖੋ ਜੀ ਮਜੀਠੀਆ ਰੰਗ ਕਹਿੰਦੇ ਚੜ ਗਿਆ ਹਾਂਜੀ ਬਸ ਉਹ ਚੀਜ਼ ਤੇ ਤੁਸੀਂ ਜ਼ਿਆਦਾਤਰ ਕਿਹੜੇ ਕਵਿਸ਼ਰਾਂ ਨੂੰ ਸੁਣਦੇ ਰਹੇ ਜ਼ਿਆਦਾ ਤਾਂ ਮੈਂ ਅਕਬਾਲ ਹੀ ਸੁਣਿਆ ਅਕਬਾਲ ਹੀ ਸੁਣਿਆ ਹਾਂ ਜ਼ਿਆਦਾ ਅਕਬਾਲ ਹੀ ਸੁਣਿਆ ਹੋਰ ਤਾਂ ਹੁਣ ਜਦੋਂ ਬੈਠੇ ਆ ਸਵਾਮੀ ਜੀ ਦੀ ਕਥਾ ਤਿਕਰ ਫਿਰ ਦੂਜੇ ਵੀ ਸੁਣਨੇ ਪੈਂਦੇ ਆ
ਸਾਰੇ ਇੱਕ ਨੀ ਨਾ ਹੁੰਦੇ ਉਹਨੇ ਬਸ ਉਹਨੇ ਕੰਪਨੀ ਆਸ਼ਕੀ ਵਾਲੇ ਸੀ ਪਤਾ ਨੀ ਖਨੀ ਕੀ ਬਸ ਸਿੱਧੇ ਚਾਦਰੇ ਬੰਨੇ ਹੋਏ ਕਰਨੇ ਬਸ ਸਿੱਧਾ ਜਦੋਂ ਕਹਿ ਦੇਣਾ ਉਹਨਾਂ ਨੇ ਜੇ ਊਫਾ ਤੋੜ ਲੈਣੀ ਉਹਦੇ ਨਕਸ਼ੇ ਬੰਨ ਲੈਣੇ ਪੜ੍ਹਦੀ ਤੇ ਆ ਗਈ ਆ ਜੋ ਬਣਵਾਸਤਾ ਅਗਲਾ ਹਵਾਲ ਤੂੰ ਸੁਣਾ ਦੇ ਮਾਸਤਾ ਜਾਣੀ ਉਹਨਾਂ ਨੇ ਮਤਲਬ ਹੱਥੋਂ ਪੈਰ ਮਾਲਾ ਦਿੱਤੀ ਨੰਦ ਲਾਲ ਕੀ ਲਾਤੀ ਬਾਣਾ ਸੁਰ ਨੇ ਪੜ੍ਹਨ ਵਾਲ ਕੇ ਇੱਕ ਥਾਂ ਉਹਨੇ ਬਹੁਤ ਜਾਣੀ ਉਹਨੇ ਇੰਨਾ ਮਨ ਮੋਹ ਲਿਆ ਨਾ ਜਿਵੇਂ ਚਿੱਤਰ ਦੇਖਾ ਉਸਦੀ ਇੱਥੇ ਲਾਇਆ ਉਹਨੇ ਬਸਾ ਕਹਿੰਦਾ ਕੱਚੀ ਡੋਰ ਵਾਂਗੂ ਵੱਟਤੀ ਸਹੇਲੀਏ ਕਿਹਦੀ ਆਸ਼ਕੀ ਨੇ ਪੱਟਤੀ ਸੀ ਜਿਹੜੀ ਅਸੀਂ ਅੰਦਰੋਂ ਪੱਟੀ ਗਏ ਵੇ ਕਿੱਥੋਂ ਤੱਕ ਉਹ ਸ਼ਬਦ ਉਹ ਜਖਦਾ ਨੀ ਸੀ ਕਿਸੇ ਗੱਲ ਦਾ ਤੇ ਸੰਤ ਵੀ ਪੂਰੇ ਖੁਸ਼ ਸੀ ਉਹਦੇ ਤੇ ਮਹਾਰਾਜ ਜੀ ਕਹਿੰਦੇ ਜਟਦਾ ਪੜ ਪੱਟ ਹੈ ਇੱਥੋਂ ਤੱਕ ਉਹ ਨੀ ਕਹਿੰਦਾ ਇੰਨਾ ਜਿਹੜੀ ਉਹਦੇ ਬਖਸ਼ਿਸ਼ ਹੋ ਗਈ ਉਹਦੀ ਮਿਹਨਤ ਠੀਕ ਹੈ ਜੀ ਉਹਦਾ ਲਗਨ ਹਾਂ ਉਹਦੇ ਉਸਤਾਦ ਦੀ ਕਿਰਪਾ ਅਕਾਲ ਪੁਰਖ ਦੀ ਉੱਤੇ ਕਿਰਪਾ ਸੰਗਤਾਂ ਦਾ ਪੂਰਨ ਸਹਿਯੋਗ ਠੀਕ ਹੈ ਇੱਧਰ ਸਵਾਮੀ ਜੀ ਮਹਾਰਾਜ ਦੇ ਇੱਥੇ ਹੁਣ ਹਰੇਕ ਥੋੜਾ ਬੋਲ ਸਕਦਾ ਸੰਤ ਜਗਜੀਤ ਸਿੰਘ ਜੀ ਮਹਾਰਾਜ ਗੱਦੀ ਨਿਸ਼ੀ ਇੱਥੇ ਲੋਟ ਬੱਧੀ ਜੀਵਨ ਸਿੰਘ ਦਾ ਗੁਰਦੁਆਰਾ ਜਿਹੜਾ ਇੱਥੇ ਅਖੰਡ ਪਾਠ ਕਰਾਇਆ ਤੇ ਸਾਨੂੰ ਵੀ ਬਸਤੀ ਵਾਲਿਆਂ ਨੇ ਕਹਿਤਾ ਕਹਿੰਦੇ ਵੀ ਤੁਸੀਂ ਵੀ ਲਾਉਣਾ ਤੇ ਸੰਤਾਂ ਨੇ ਵੀ ਆਉਣਾ ਅੱਛਾ ਇਹਨਾਂ ਨੂੰ ਸੰਤ ਜੋਰਾ ਸਿੰਘ ਹੁੰਦੇ ਵੇਲੇ ਵੀ ਬਾਈ ਜੀ ਉਹ ਵੀ ਬਾਈ ਜੀ ਕਹਿੰਦੇ ਤੇ ਸੰਤ ਦੂਜੇ ਸੰਤੀ ਕਹਿੰਦੇ ਹੋਰ ਵੀ ਸੰਤੀ ਕਹਿੰਦੇ ਠੀਕ ਹੈ ਤੇ ਬਸਤੀ ਵਾਲੇ ਵੀ ਸੰਤ ਕਹਿਣ ਲੱਗੇ ਨਾਲ ਵਿੱਚ ਅਸੀਂ ਜਦੋਂ ਇਹਨਾਂ ਦੇ ਬੈਠਿਆਂ ਤੋਂ ਮੈਂ ਕਿਹਾ ਵੀ ਸਾਨੂੰ ਉਹਨਾਂ ਦੇ ਬੈਠਿਆਂ ਤੋਂ ਟਾਈਮ ਦੇਣਾ ਉਹ ਕਹਿੰਦੇ ਬੈਠਿਆਂ ਤੋਂ ਦੇਣੇ ਆਪਾਂ ਲਵਾਵਾਂਗੇ ਮਗਰੋਂ ਅੱਛਾ ਵੀ ਇਹਨਾਂ ਨੂੰ ਕੰਮ ਬਣੇ ਆ ਵੀ ਆਪਾਂ ਇਹਨੂੰ ਮਗਰੋਂ ਲਵਾਂਗੇ ਹਾਲੇ ਗੱਡੀ ਤੇ ਨਹੀਂ ਆਏ ਪਹਿਲਾਂ ਨਹੀਂ ਪਹਿਲਾਂ ਹਾਂ ਤੇ ਸਵਾ ਇਹਨਾਂ ਦਾ ਪਹਿਲਾਂ ਤੋਂ ਸੰਤਾਂ ਵਾਲਾ ਹੀ ਹੈ ਜਦੋਂ ਕੁਝ ਦਿਨ ਮਤਲਬ ਪਹਿਰਾ ਹੋ ਗਿਆ ਸਵਾਮੀ ਜੋਰਾ ਸਿੰਘ ਦਾ ਅਸੀਂ ਜਦੋਂ ਲਾ ਕੇ ਹਟੇ ਕਹਿੰਦੇ ਵਾਹ ਨਰਿੰਦਰਾ ਅੱਛਾ ਮੈਂ ਕਿਹਾ ਮਹਾਰਾਜ ਇੱਕ ਕਿਰਪਾ ਕਰੋ ਮੈਂ ਗੱਦੀ ਤੇ ਕੋਣਾ ਚਾਹੁੰਦਾ ਕਹਿੰਦੇ ਆਪ ਵੇਖ ਲਾ ਕਹਿੰਦੇ ਗਾਉਣਾ ਬਹੁਤ ਔਖਾ ਇੱਥੇ ਮੈਂ ਕਿਹਾ ਤੁਹਾਡੀ ਕਿਰਪਾ ਹੋਵੇ ਤੇ ਗਾ ਦਿਆਂਗੇ ਕਹਿੰਦੇ ਜੰਗੀ ਆਣਾ ਪਿੰਡ ਬਠਿੰਡੇ ਜ਼ਿਲ੍ਹੇ ਚ ਉੱਥੇ ਸਗਰਾਂਦ ਲਾਉਣੇ ਹੁੰਦੇ ਸਭ ਤੋਂ ਪਹਿਲਾਂ ਤੇਰੇ 30 ਮਿੰਟ ਹੋਣਗੇ ਟਾਈਮ ਮੈਂਬਰ ਨੂੰ ਅਸੀਂ ਜੀ ਬੜਾ ਚਾ ਕਹਿੰਦੇ ਬਸ ਤੂੰ ਉਹਨੂੰ ਲੋਕੋ ਹੀ ਸਮਝ ਲੈਣਾ ਟਾਈਮ ਮੇਰਾ ਦਿੱਤਾ ਹੋ ਆਪਣੀ ਸਟੇਜ ਹੈ ਤੂੰ ਉਹਨੂੰ ਲੋਕੋ ਸਮਝ ਲੈਣਾ ਤੂੰ 5 ਕਹਾ ਜਾਂਗਾ ਤੂੰ ਉੱਥੇ ਲਾਣਾ ਸੱਤ ਵਜੇ ਠੀਕ ਹੈ ਚਲੋ ਅਸੀਂ ਜਾਵੜੇ ਮੈਂ ਤੇ ਚਮਕੌਰ ਸੰਦੇਹ 8 ਵਜੇ ਨੂੰ ਪਹੁੰਚ ਗਏ ਉੱਥੇ ਜਦੋਂ ਮਨ ਚ ਇੰਨਾ ਉਤਸ਼ਾਹ ਹੋਵੇ ਹਾਂਜੀ ਸਾਨੂੰ ਜਦੋਂ ਅਸੀਂ ਜਾਵੜੇ ਮੱਥਾ ਟੇਕਿਆ ਮਹਾਰਾਜ ਦੇ ਚਰਨਾਂ ਵਿੱਚ ਤੇ ਇਹਨੇ ਇਸ ਸਟੇਜ ਤੇ ਖੜੀ ਸਟੇਜ ਸੈਕਟਰੀ ਸੀ ਹਾਂ ਉੱਥੇ ਤੇ ਇਹਨਾਂ ਨੇ ਸਾਡਾ 30 ਮਿੰਟ ਟਾਈਮ ਬੋਲਿਆ 3 ਕੁ ਪਿੱਛੇ ਬੋਲਣੀ ਸੀ ਸਾਡਾ ਇਹਨਾਂ ਨੇ ਪਹਿਲਾਂ ਬੋਲਤਾ ਅਸੀਂ 30 ਮਿੰਟ ਜਾਣੀ ਆਰੰਭ ਕਰਤੀ ਇਹਨਾਂ ਨੇ
ਜਿਹੜੇ ਚਾਨਣੀਆਂ ਲਾਉਣ ਵਾਲੇ ਹੁੰਦੇ ਆ, ਦਰੀਆਂ ਵਿਛਾਉਣ ਵਾਲੇ, ਯਾਨੀ ਲੰਗਰ ਵਾਲੇ ਸਾਰੇ, ਉਹਨਾਂ ਨੂੰ ਇੱਕ ਇਹ ਗੱਲ ਕਹਿਤੀ ਵੀ ਆਪਾਂ ਜੱਥਾ ਵੇਖਣਾ ਹੈ, ਇਹ ਪਹਿਲੇ ਦਿਨ ਆਪਣੀ ਜੱਥਾ ਆਇਆ ਹੈ, ਜੱਥਾ ਆਪਣਾ ਹੀ ਆ, ਇਹ ਵੀ ਕਹਿਤਾ ਤੇ ਪਰ ਆਪਾਂ ਵੇਖਣਾ ਹੈ। ਰਸੂਲਪੁਰ ਬਰਸੀ ਮਨਾਉਂਦੇ ਹੁੰਦੇ ਆ ਸਵਾਮੀ ਦਰਬਾਰਾ ਸਿੰਘ ਜੀ, ਹਾਂਜੀ ਹਾਂ, ਇਹਨਾਂ ਨੇ ਬਰਸੀ ਤੇ ਹਾਜ਼ਰੀ ਲਾਉਣੀ ਸੀ, ਸਾਰੀ ਸੰਗਤ ਤੇ ਇਹ ਇਸ ਗੱਲ ਦਾ ਕਹਿ ਗਏ, ਕਹਿੰਦੇ ਵੀ ਇਹਨਾਂ ਦੀ ਇੰਟਰਵਿਊ ਅੱਜ, ਚਲੋ ਅਸੀਂ ਲਾਇਆ ਆਪਦੇ 30 ਮਿੰਟ, ਹਾਂਜੀ ਚਲੋ ਅਸੀਂ ਗੱਦੀ ਬਾਰੇ ਗੱਲਾਂ ਕਰੀਆਂ, ਸੰਤਾਂ ਦੀ ਮਹਿਮਾ ਜ਼ਿਆਦਾ ਸੁਣਾਈ 30 ਮਿੰਟਾਂ ਚ। ਸੰਗਤ ਨੇ ਜਾਨੀ ਪੂਰਾ ਜਾਨੀ ਸਾਨੂੰ ਵਧੀਆ ਸੁਣਿਆ, ਸੰਗਤ ਜੁੜੀ ਜਾਵੇ, ਹਾਂਜੀ ਹਾਂ, ਫਿਰ ਉੱਥੇ ਆ ਗਏ ਇਹ ਲੋਕੋ ਨੇ, ਸਿੱਧੇ ਹੀ ਉੱਥੇ ਗਏ। ਅੱਛਾ, ਫਿਰ ਇਹਨਾਂ ਨੇ ਸਮਾਪਤੀ ਦਾ ਆਪ ਵੀ ਬਚਤ ਕਰ ਲਾਉਂਦੇ, ਹਾਂਜੀ ਹਾਂ, ਫਿਰ ਸਾਰੀਆਂ ਸੰਗਤਾਂ ਤੋਂ ਪੁੱਛਿਆ, ਸੰਗਤ ਜਦੋਂ ਅਸੀਂ ਲੰਗਰ ਨੀ ਗਏ, ਸੰਤ ਕਹਿੰਦੇ ਤੁਹਾਡਾ ਜੱਥਾ ਪਾਸ ਕਰਤਾ ਸੀ। ਅੱਛਾ, ਸੰਤਾਂ ਨੇ ਹੁਣੇ ਗੱਡੀ ਤੋਂ ਉਤਰ ਕੇ ਪਹਿਲਾਂ ਸਾਡੇ ਇਹਨਾਂ ਨੂੰ ਆਏ, ਫਿਰ ਸਟੇਜ ਤੇ ਗਏ ਆ, ਉਹ ਸਟੇਜ ਤੇ ਪਹੁੰਚ ਕੇ ਤੁਸੀਂ ਸਾਡੇ ਇਹਨੂੰ ਅੱਗੇ ਕਹਿੰਦੇ ਤੁਹਾਨੂੰ ਪਾਸ ਕਰਤਾ, ਉਹ ਕਹਿੰਦੇ ਸਾਨੂੰ ਸੰਤ ਕਹਿ ਕੇ ਗਏ ਆ ਬਈ ਇੱਥੇ ਵੇਖੋ ਜੀ, ਇਹ ਬਹੁਤ ਵੱਡੀਆਂ ਚੀਜ਼ਾਂ, ਇੱਕ ਤੇ ਮਾੜੀ ਮੋਟੀ ਗੱਲ ਨੀ, ਇਹ ਮਾੜੀ ਮੋਟੀ ਸਟੇਜ ਨੀ ਹੈ, ਦੇਸਾਂ ਵਿਦੇਸਾਂ ਦੇ ਵਿੱਚ ਜਾਂਦਾ ਇਹ ਸਾਰਾ ਕੁਛ, ਠੀਕ ਹੈ, ਮਾੜੀ ਮੋਟੀ ਸਟੇਜ ਜਾਣੀ ਦੀ, ਹਾਂ, ਕਮਿਸ਼ਨਰ ਬਣਦੇ ਆ ਇੱਥੋਂ, ਕਮਿਸ਼ਨ ਤਿਆਰ ਹੁੰਦੇ, ਮੇਨ ਕੇਂਦਰ ਹੈ ਕਮਿਸ਼ਨਰੀ ਦਾ, ਕਹਿ ਲਓ, ਠੀਕ ਹੈ ਜੀ, ਇਹਨੂੰ ਜੇ ਆਪਣਾ ਕਹਿ ਦਈਏ ਨਾ ਵੀ ਇਹ ਕੇਂਦਰ ਹੈ ਕਮਿਸ਼ਨਰੀ ਦਾ, ਠੀਕ ਹੈ ਜੀ, ਇੱਥੋਂ ਕਮਿਸ਼ਨਰੀ ਜਾਣੀ ਜਿਹੜਾ ਇੱਥੇ ਪਹਿਲੇ ਨੇ ਪਹਿਲੇ ਕਰਤਾ, ਕਹਿੰਦੇ ਬਸ ਜਦੋਂ ਤੂੰ ਸੰਗਤ ਨੇ ਵੇਖਣਾ, ਨਿਰੰਜਨ ਤੈਨੂੰ ਸੰਗਤ ਨੇ ਪਾਸ ਕਰਨਾ, ਹੁਣ ਮੈਨੂੰ ਇੰਨਾ ਨੀ ਸੀ ਪਤਾ ਵੀ ਸੰਗਤ ਨੂੰ ਕਹਿ ਕੇ ਜਾਣਗੇ, ਸੰਗਤ ਨੇ ਸਾਨੂੰ ਪਾਸ ਕਰਤਾ, ਸਾਰੇ ਸਮਾਜ ਵਾਲੀ ਦੀ ਮਿਲਿਆ ਹੈ ਸਟੇਜ ਤੇ ਵੀ, ਮਿਲਿਆ ਜੀ, ਮੇਰੇ ਭਾਗ ਆ, ਚਲੋ ਬਹੁਤ, ਹਾਂ, ਯਾਨੀ ਸਾਨੂੰ ਵਧੀਆ ਪ੍ਰੇਮ ਬਹੁਤ ਪਸੰਦ ਕੀਤਾ, ਤੇ ਫਿਰ ਪ੍ਰੇਮ ਵੀ ਸਾਡੇ ਨਾਲ ਲਾਗੇ ਕਰਨ ਬਹੁਤ ਹੋ ਗਿਆ। ਫਿਰ ਉਦੋਂ ਬਾਅਦ ਕਈ ਵਾਰੀ ਬੰਦਾ ਖੁੰਝ ਵੀ ਜਾਂਦਾ, ਖੁੰਝ ਵੀ ਜਾਂਦਾ ਹੈ ਨਾ, ਕਿਉਂ ਸਾਈਆਂ ਮੰਨ ਲੱਗ ਗਈਆਂ, ਇੱਥੋਂ ਦੀ ਰਹਿਮਤ ਹੋ ਗਈ, ਕਿਰਪਾ ਹੋ ਗਈ, ਅਸੀਂ ਕਈ ਵਾਰੀ ਮਤਲਬ ਸਾਈ ਦੀ ਵੇਖ ਜਾਂਦੇ ਸੀ ਫਿਰ ਸਾਡੇ ਗੈਰ ਹਾਜ਼ਰੀਆਂ ਪੈਂਦੇ ਰਹਿੰਦੇ, ਫਿਰ ਹੌਲੀ ਹੌਲੀ ਉੱਥੇ ਜਦੋਂ ਮੋਗੇ ਰੈਸ਼ ਹੋ ਗਈ, ਫਿਰ ਥੋੜਾ ਜਿਹਾ ਉਦੋਂ ਬਾਅਦ ਫਿਰ ਮੱਥਾ ਹੀ ਟੇਕਣ ਆਉਂਦੇ ਹੁੰਦੇ ਸੀ, ਠੀਕ ਹੈ, ਚਲੋ ਫਿਰ ਵੀ ਜਾਣੀ ਸੀ ਤੁਹਾਨੂੰ ਵੱਡੇ ਭਾਗ ਹੀ ਕਹਿ ਲਗੇ ਵੀ ਤੁਹਾਨੂੰ ਇਹ ਲੋਪੋ ਦੇ ਕਮਿਸ਼ਨਰ ਹੋ ਗਏ, ਤੁਹਾਨੂੰ ਜਗ੍ਹਾ ਇੱਥੇ ਮਿਲੀ, ਮਿਲ ਗਈ ਜੀ, ਹਾਂ ਬਹੁਤ ਹੈ ਵੀ ਸਵਾਮੀਆਂ ਦੇ ਦਰਬਾਰ ਚ ਤੁਸੀਂ ਗਾਇਆ, ਹਾਂਜੀ ਹਾਂ, ਸੰਤਾਂ ਨੇ ਬਕਾਇਦਾ ਹੱਥ ਰੱਖਿਆ, ਚੰਗੀਆਂ ਨੇ, ਹਾਂ ਚੰਗੀਆਂ ਨੇ ਸੰਤਾਂ, ਹਾਂ ਲੋਪੋ ਦਾ ਹੀ ਹੈ ਉਹ ਵੀ, ਨਹੀਂ ਉਹਨਾਂ ਨੇ ਆਪ ਬਚਨ ਕਰਤਾ, ਕਹਿੰਦੇ ਤੂੰ ਮਨ ਚ ਨਾ ਰੱਖੀ, ਪਰ ਹਾਂ ਇਹਨੂੰ ਲੋਪੋ ਸਮਝੀ, ਲੋਪੋ ਸਮਝੀ, ਬਸ ਇਹਨੂੰ ਲੋਪੋ ਸਮਝੀ, ਬਸ ਸੰਤਾਂ ਮਹਾਂਪੁਰਸ਼ਾਂ ਦੀ ਤਾਂ ਕਿਰਪਾ ਜਿਨ੍ਹਾਂ ਤੇ ਹੋ ਜੇ, ਹਾਂ ਤਰ ਜਾਂਦੇ ਆ, ਹਾਂ ਕਹਿੰਦੇ ਨਿਰੰਜਨ ਕਹਿੰਦੇ ਤੂੰ ਭੁਲੇਖਾ ਨਾ ਰੱਖੀ ਬਈ ਸਾਨੂੰ ਇੱਥੇ ਆਪਾਂ ਗੱਡੀ ਚ ਹੀ ਆ, ਕਹਿੰਦੇ ਉਹ ਵੀ ਆਪਣਾ ਉੱਥੇ ਸਾਰਾ ਕੁਛ ਪਹਿਲਾਂ ਹੀ ਆਪਣਾ ਸਾਰਾ ਕੁਛ, ਤੈਨੂੰ ਉੱਥੋਂ ਪਾਸ ਕਰਨਾ, ਠੀਕ ਹੈ ਜੀ ਮਹਾਰਾਜ, ਬਹੁਤ ਵੱਡੀ ਕਿਰਪਾ ਇਹਨਾਂ ਦੀ ਵੀ, ਅਸੀਂ ਹੁਣ ਵੀ ਹੱਸ ਕੇ ਮਿਲਦੇ ਹੁੰਦੇ ਆ, ਇਹੀ ਨੀ ਗੱਲ, ਜਿੱਥੇ ਵੀ ਮਿਲਦੇ ਆ ਪੂਰਾ ਜਣੀਆਂ ਹੈ ਨੌ ਰੰਜਣਾ ਜਣੀਆਂ ਹੈ, ਕਹਿੰਦੇ ਨੌ ਰੰਜ ਸਭਾਈ ਬਣ ਜਾਂਦਾ, ਆ ਜਣੀ ਆਏਗਾ, ਮੈਂ ਕਿਹਾ 7 ਵਜਣ ਦੀ ਵਾਰ, ਠੀਕ ਹੈ ਜੀ ਮਹਾਰਾਜ, ਯਾਨੀ ਪੂਰਾ ਖੁਸ਼ ਹੋ ਕੇ ਮਿਲਣਾ, ਹਾਂ ਜਾਣੀ ਦੀ ਸਮਾਂ ਤੁਹਾਨੂੰ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ,
ਤੇ ਤੁਹਾਨੂੰ ਅਸੀਂ ਜਾਣੀ ਕਿ ਧੰਨਵਾਦ ਨਹੀਂ ਕਰ ਸਕਦੇ ਆਪਦੇ, ਤੇ ਆਪਣਾ ਕੀਮਤੀ ਸਮਾਂ ਦਿੱਤਾ ਤੇ ਸਾਡੀ ਸਾਰੀ ਟੀਮ ਵੱਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਆ ਜੀ ਆਇਆਂ ਨੂੰ। ਤੇ ਕਦੇ ਫੇਰ ਸਮਾਂ ਮਹਾਰਾਜ ਨੇ ਬਣਾਇਆ ਤੇ ਇਹਨਾਂ ਦੇ ਸਾਥੀ ਨਾਲ ਮੁਲਾਕਾਤ ਕਰਾਂਗੇ ਤੇ ਉਦੋਂ ਰੰਗ ਫੇਰ ਲਾਵਾਂਗੇ, ਉਦੋਂ ਫਿਰ ਟਕਾ ਕੇ ਕਵਿਸ਼ਰੀ ਵੀ ਸੁਣਾਂਗੇ ਜੀ ਨਾਲ, ਜਦੋਂ ਦੋਨੇ ਹੋਏ ਕੋਈ ਪੁਰਾਣੇ ਸਮੇਂ ਫਿਰ ਚੇਤੇ ਕਰਾਂਗੇ। ਕੋਈ ਨੀ ਫਿਰ, ਹੁਣ ਤਾਂ ਸਮੇਂ ਤੁਹਾਨੂੰ ਪਤਾ ਵੀ ਹਾਂ ਹਾਂ ਸੁਣਾ ਦੇਵਾਂਗੇ ਦੋਨੇ ਸੁਣਾ ਦੇਵਾਂਗੇ। ਤੇ ਲਈਏ ਅੱਗੇ ਪ੍ਰਸੰਗ। ਮੈਂ ਕਹਿੰਦਾ ਜੀ ਤੁਹਾਡਾ ਧੰਨਵਾਦ, ਬਸ ਇਹੀ ਅਰਦਾਸ ਹੈ ਵੀ ਜਿੰਨੀ ਕਵਿਸ਼ ਢਾਡੀ ਰਾਗੀ ਠੀਕ ਹੈ ਜੀ, ਇਹ ਨਾ ਵੇਖਣ ਚਲੋ ਉਹਨੂੰ ਤਾਂ ਗੁਰਬਾਣੀ ਵੀ ਇਹ ਵੀ ਬੰਦਗੀ ਵੈਸੇ ਇਹ ਨੀ ਗੱਲ ਕੋਈ, ਪਰ ਜਿਹੜਾ ਸਿਮਰਨ ਹੈ ਸ਼ਬਦ ਹੈ ਉਹ ਜ਼ਰੂਰੀ ਹੈ, ਬਸ ਇਸ ਤੋਂ ਚਾਹ ਕੋਈ ਵੀ ਚੀਜ਼ ਹੈ ਨਹੀਂ, ਸਾਰਾ ਹੀ ਕੁਛ ਇਹਦੂ ਥੱਲੇ ਆ। ਮੇਰੀ ਸਾਰਿਆਂ ਨੂੰ ਇਹ ਬੇਨਤੀ ਆ ਹੱਥ ਬੰਨ ਕੇ ਬਸ ਬੰਦਗੀ ਨਾਲ ਜੁੜ ਜਾਓ, ਇਹ ਤੋਂ ਬੜੀ ਕਵਿਸ਼ਰੀ ਦੀ ਕਿਹੜੀ ਗੱਲ ਹੈ, ਜੋ ਤੁਸੀਂ ਆਖੋਗੇ ਉਹ ਆ ਜੀ ਤੁਹਾਡੇ ਮੰਦਰ, ਬਸ ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਦੀ ਉਹਦੇ ਹੱਥ ਚ ਸਹਿਬ ਹੱਥ ਬਣਿਆ ਜਿਸ ਭਾਵੇ ਤਿਸ ਦੇ, ਮਹਾਰਾਜ ਦੇ ਹੱਥ ਤੇ ਬੈਠਾ ਸਹਿਬ ਦੇ ਠੀਕ ਹੈ, ਜੋ ਵੀ ਕਰਾਉਂਦੇ ਆ ਮਾਲਕ ਸੱਚੇ ਪਾਤਸ਼ਾਹ ਤੁਹਾਡਾ ਵੀ ਧੰਨਵਾਦ, ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।